स्वागत है किसान वीरो तुहाडा यूट्यूब चैनल सदकडेरी फार्मिंग दे विच। किसान वीरो अज जिहड़ी वीडियो बना रहे हैं तलवंडी भाई शहर दे विचों ते इहनू जिला फिरोजपुर पैंदा फरीदकोट तो जदों आपां श्री अमृतसर वाले रोड दे उत्ते जाना होवे तां मेन रोड ते शहर आउंदा दोस्तों तलवंडी भाई। अज दी वीडियो एक वीर कोल बना रहे हैं ते उस वीर नूं वी जिहड़ा पशुआं दा शौक है दोस्तों एक जिहड़ा आपां कह दिंदे आ जनून दी हद हुंदी है तां उहदे तक कह लो भी जिहड़ा उह शौक है पशु पालन दा ते शौक नाल ही पशु पालन दा कम करदे हालांकि मेन बिजनेस होर है पर जे पशुआं दे कैमरा मारीए तां तुहानूं मझां दसणगियां भी बई मझ कोई जिहड़ी आ थोड़े दुध वाली नहीं घर दे विच रोकदा चंगे दुध वालियां मझां हुण तक सांभियां अगे कुछ मझां जिहड़ियां उह नवाउण वालियां रहिंदियां उह नहाई जा रहियां पर मेन वीडियो दोस्तों जिहड़ी बनाउणी है ਉਹ ਇੱਥੇ ਦੋ ਡੰਗਰ ਬਾਈ ਨੇ ਦੋ ਪਸ਼ੂ ਵਿਕਾਊ ਕੀਤੇ ਆ ਉਹ ਤੁਹਾਨੂੰ ਪਹਿਲਾਂ ਦਿਖਾ ਦਿੰਦਾ ਇੱਧਰ ਇੱਕ ਤੋਕੜ ਗੱਬਣ ਝੋਟੀ ਆ ਦੋਸਤੋ ਸਾਹਮਣੇ ਜਿਹੜੀ ਖੜੀ ਹੈ ਇਹ ਤੇ ਇੱਕ ਇੱਧਰ ਗਾਂ ਤੋਕੜ ਗੱਬਣ ਇਹ ਗਾਂ ਇਹ ਦੋ ਪਸ਼ੂ ਵਿਕਾਊ ਆ ਫਿਰ ਵੀਡੀਓ ਬਣਾਵਾਂਗੇ ਦੋਸਤੋ ਬਾਈ ਨੂੰ ਕਾਫੀ ਹੱਦ ਤੱਕ ਨੌਲੇਜ ਵੀ ਰੱਖਦੇ ਆ ਪਸ਼ੂਆਂ ਬਾਰੇ ਕੰਮ ਦੀਆਂ ਗੱਲਾਂ ਤੁਹਾਨੂੰ ਜ਼ਰੂਰ ਵੀਰ ਦੱਸੂਗਾ ਉਸ ਵੀਡੀਓ ਦੇ ਵਿੱਚ ਤੇ ਇਕੱਲੇ ਇਕੱਲੇ ਪਸ਼ੂ ਬਾਰੇ ਡਿਟੇਲ ਵੀ ਪੁੱਛਾਂਗੇ ਪਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਹੀ ਦੋ ਨਗ ਜਿਹੜੇ ਪਹਿਲਾਂ ਦਿਖਾਤੇ ਉਹ ਦਿਖਾਉਣੇ ਆ ਮੱਝਾਂ ਜ਼ਰੂਰ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ ਤੇ ਇਹ ਦੋ ਦੋਸਤੋ ਝੋਟੀਆਂ ਬਾਈ ਚੰਗੀਆਂ ਕੱਟੀਆਂ ਜਿਹੜੀਆਂ ਇਹ ਥੋੜੀ ਥੋੜੀ ਉਮਰ ਦੀਆਂ ਤੇ ਇਹ ਚੰਗੀਆਂ ਸਾਂਭ ਰਹੇ ਆ ਬਾਕੀ ਇਹਨਾਂ ਬਾਰੇ ਥੋੜਾ ਬਹੁਤ ਜ਼ਰੂਰ ਬਾਈ ਨੂੰ ਪੁੱਛ ਲਾਂਗੇ ਕਿਹੜੇ ਸੀਮਨ ਦੀਆਂ ਇਹ ਕੱਟੀਆਂ ਦੋ ਤੇ ਬਾਕੀ ਦੋਸਤੋ ਇਹ ਮੇਨ ਵੀਡੀਓ ਇਹਨਾਂ ਦੋ ਪਸ਼ੂਆਂ ਦੀ ਜਿਹੜੇ ਆਪਾਂ ਬਾਈ ਨੇ ਵੇਚਣੇ ਤੇ ਇਹਨਾਂ ਦੀ ਡਿਟੇਲ ਪੁੱਛਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਵੀਰ ਆਪਣਾ ਨਾਮ ਦੱਸੀ ਲਖਵੀਰ ਸਿੰਘ ਆ ਜੀ ਲਖਵੀਰ ਸਿੰਘ ਆ ਜੀ ਠੀਕ ਹੈ ਚੱਲ ਲਖਵੀਰ ਬਾਈ ਕਿੰਨਾ ਕੁ ਟਾਈਮ ਹੋ ਗਿਆ ਪਸ਼ੂ ਰੱਖਦੇ ਆਂ ਭਾਜੀ ਮੇਰੇ 38 ਸਾਲ ਉਮਰ ਹੋ ਗਈ ਜਿਉਂ ਸਭ ਸਮਾਜੀ ਇਹਨਾਂ ਦੇ ਵਿੱਚ ਹੀ ਸਮਾਜੀ ਇਹਨਾਂ ਦੇ ਵਿੱਚ ਹੀ ਹੈ ਅੱਛਾ ਮੇਨ ਪ੍ਰੋਫੈਸ਼ਨ ਇਹੀ ਹੈ ਜਾਂ ਪ੍ਰੋਫੈਸ਼ਨ ਹੋਰ ਨਹੀਂ ਮੇਰਾ ਕਾਰੋਬਾਰ ਹੋ ਰਿਹਾ ਹੈ ਪਾਣੀ ਫਿਲਟਰ ਪਾਣੀ ਦਾ ਸਪਲਾਈ ਦਾ ਕੰਮ ਠੀਕ ਹੈ ਤੇ ਇਹ ਫਿਰ ਸ਼ੌਂਕ ਹੀ ਹੈ ਇਹਨਾਂ ਦਾ ਇਹ ਸ਼ੌਂਕ ਹੀ ਹੈ ਬਚਪਨ ਤੋਂ ਸ਼ੌਂਕ ਦੇ ਨਾਲ ਹੀ ਤੁਰਿਆ ਹੋਣਾ ਜੀ ਠੀਕ ਹੈ ਚੈੱਕ ਤੁਹਾਡੇ ਕੋਲ ਪਤਾ ਲੱਗਾ ਵੀ ਨੌਲੇਜ ਤੁਸੀਂ ਜਿੰਨੀਆਂ ਗੱਲਾਂ ਬਾਤਾਂ ਕੀਤੀਆਂ ਉਹ ਤੋਂ ਲੱਗਦਾ ਵੀ ਕਾਫੀ ਰੱਖਦੇ ਹੋ ਬਹੁਤ ਜ਼ਿਆਦਾ ਨੌਲੇਜ ਰੱਖਦੇ ਹੋ ਤੇ ਇਹਦੇ ਬਾਰੇ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਟਾਈਮ ਕੱਟ ਕੇ ਬਣਾਵਾਂਗੇ ਹਾਂ ਮੱਝਾਂ ਤੁਹਾਡੀਆਂ ਚੰਗਾ ਉਹ ਵੀ ਦਿਖਾਵਾਂਗੇ ਥੋੜਾ ਜਿਹਾ ਬੱਚਿਆਂ ਬਾਰੇ ਦੱਸਦੀ ਬਾਈ ਜਿਹੜੀ ਪਹਿਲੇ ਨੰਬਰ ਤੇ ਉਧਰ ਕੱਟੀ ਖੜੀ ਉਹਦੀ ਉਮਰ ਕਿੰਨੀ ਹੈ ਤੇ ਕਿਹੜੇ ਸੀ ਉਮਰ ਜੀ ਚੌਥੇ ਮਹੀਨੇ ਦੀ ਕੱਟੀ ਹੈ ਜੀ ਉਹ ਠੀਕ ਹੈ ਤੇ ਕਿਹੜੇ ਸੀ ਮੰਦੀ ਬਲੀ ਸਾਨ ਦੀ ਕੱਟੀ ਹੈ ਜੀ ਬਦਨੀ ਵਾਲੇ ਦੀ ਬਲੀ ਸਾਨ ਬਦਨੀ ਵਾਲਾ ਹਾਂਜੀ ਇਹ ਫਿਰ ਤੁਸੀਂ ਆਪ ਨੌਲੇਜ ਦੇ ਨਾਲ ਭਰਾਇਆ ਠੀਕ ਹੈ ਚੰਗਾ ਲੱਗਾ ਭਰਾ ਜੀ ਮੇਰੇ ਕੋਲ ਬਾਏ ਜਾਨ ਕੇ ਬੱਚੇ ਤਕਰੀਬਨ ਹੀ ਬਹੁਤ ਜ਼ਿਆਦਾ ਵੇਚਦੇ ਆ ਠੀਕ ਹੈ ਮੈਂ ਜਾਨ ਕੇ ਦੂਰੋਂ ਤੋਂ ਟੀਕੇ ਚੰਗੇ ਹੀ ਲੈ ਕੇ ਭਰਾਉਣਾ ਠੀਕ ਹੈ ਹਾਂਜੀ ਜਿਹਦਾ ਬੱਚਾ ਥੋੜਾ ਗਰੋਥ ਵਾਲਾ ਹੋਵੇ ਮੈਂ ਟੀਕਾ ਉਹੀ ਪਸੰਦ ਕਰਦਾ ਠੀਕ ਹੈ ਤੇ ਜਿਹੜੀ ਇਹ ਦੂਜੇ ਨੰਬਰ ਤੇ ਕੱਟੀ ਬੈਠੀ ਆ ਬਾਹ ਬੈਠੀ ਰਹਿੰਦੇ ਕੋਈ ਇਹ ਭਾਜੀ ਆਪਣੇ ਸਰਕਾਰੀ ਸੀਮਨ ਦੀ ਆ ਇਹ ਤੋਂ ਅਮਰਜੀ ਦਾ ਇੱਥੋਂ ਹੁਣ ਬਦਲ ਕੇ ਫਿਰੋਜ਼ਪੁਰ ਚਲੇ ਗਏ ਆ ਠੀਕ ਹੈ ਉਹਨਾਂ ਤੋਂ ਟੀਕਾ ਭਰਾਇਆ ਸੀਗਾ ਜੀ ਇਹ 4400 ਲੀਟਰ ਦਾ ਭਰਾਇਆ ਹੈ ਸਰਕਾਰੀ ਸੀਮਨ ਦਾ ਠੀਕ ਹੈ ਤੇ ਉਹਦੀ ਕੱਟੀ ਆ ਜੀ ਅੱਛਾ ਉਹ ਮੱਝ ਖੜੀ ਆ ਜੀ ਮੈਂ ਮੱਝ ਵਿਖਾ ਦੂੰ ਠੀਕ ਹੈ ਇਹ ਮੱਝ ਦਾ ਵੀ ਸਮਝ ਲਓ ਆਪਣੀ ਕੋਈ ਹਰਿਆਣੇ ਦੀ ਮਹਿਣੀ ਗੀ ਠੀਕ ਹੈ ਇਹ ਸਾਡੇ ਪੰਜਾਬ ਦੀ ਮਹਿਣ ਜੀ ਇਹ ਅੱਛਾ ਇਹ ਸਾਡੇ ਤੇ ਸੇਵੀ ਬਰਾੜ ਆ ਉਹਦੇ ਝੋਟੇ ਦੀ ਇੱਕ ਝੋਟੀ ਸੀਗੀ ਠੀਕ ਹੈ ਕਿੰਨਾ ਕੁ ਦੁੱਧ ਦਿੱਤਾ ਇਹਨੇ ਇਹਨੇ ਭਾਜੀ ਆਪਣੇ ਕੋਲ 20 ਕਿਲੋ ਤੋਂ ਪਲੱਸ ਹੀ ਦੁੱਧ ਆ ਠੀਕ ਹੈ ਆਪਣੇ ਕੋਲ 5-6 ਮਹੀਨੇ 20 ਪਲੱਸ ਤੇ ਬਾਕੀ 14-15 ਤੋਂ ਘੱਟ ਕੋਈ ਮਹਿਣੀ ਆਪਾਂ ਰੱਖਦੇ ਆ 14-15 ਤੋਂ ਘੱਟ ਕੋਈ ਮਹਿਣੀ ਰੱਖਦੇ ਠੀਕ ਹੈ ਅੱਛਾ ਜਿਹੜੀ ਇਧਰ ਗਾਂ ਆਪਾਂ ਵੀਰ ਵੇਚਣੀ ਹੈ ਇਹਦੀ ਡਿਟੇਲ ਦੱਸਦੀ ਕਿੰਨਵਾਂ ਸੂਆ ਸੂਈ ਵੀ ਹੈ ਤੇ ਕਿੰਨੇ ਭਾਜੀ ਜਿੱਦੇ ਸੂਏ ਸੂਈ ਵੀ ਹੈ ਜੀ ਠੀਕ ਹੈ ਇਹ 16 ਕਿਲੋ ਦੁੱਧ ਦਿੱਤਾ ਆਪਣੇ ਕੋਲੇ ਜੀ ਠੀਕ ਹੈ ਇਸ ਟਾਈਮ 5 ਮਹੀਨੇ ਦੀ ਗੱਭਣ ਤੇ 8 ਕਿਲੋ ਦੁੱਧ ਹੈ ਜੀ ਇਸ ਵੇਲੇ 8 ਕਿਲੋ ਦੁੱਧ ਤੇ 5 ਮਹੀਨੇ ਦੀ ਗੱਭਣ ਚੈੱਕ ਪਾਸ ਹੈ ਚੈੱਕ ਪਾਸ ਹੈ ਠੀਕ ਹੈ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ ਆਪਾਂ ਰੱਖੀ ਤਾਂ 27000 ਰੁਪਏ ਮੁੱਲ ਦਾ 27000 ਠੀਕ ਹੈ 24 ਚ ਠੰਡੀ ਸੀਲ ਆ ਵੀਰ ਪੂਰੀ ਠੰਡੀ ਸੀਲ ਆ ਜੀ ਠੀਕ ਹੈ ਦੋਸਤੋ ਤੀਜੇ ਸੂਏ ਵਾਸਤੇ ਗੱਭਣ 5 ਮਹੀਨਿਆਂ ਦੀ 27000 ਡਿਮਾਂਡ 8 ਕਿਲੋ ਦੁੱਧ ਹੈਗਾ ਤੋੜ ਕੇ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਜੇ ਕੋਈ ਵੀਰ ਪਸੰਦ ਕਰੂਗਾ ਜ਼ਰੂਰ ਤੁਸੀਂ ਕਾਲ ਬਾਈ ਨੂੰ ਕਰ ਸਕਦੇ ਹੋ ਨੰਬਰ ਸਕਰੀਨ ਤੇ ਹੈ 27000 ਇਹਦੀ ਡਿਮਾਂਡ ਵੀਰ ਨੇ ਕੀਤੀ ਹੈ 16 ਕਿਲੋ ਦੁੱਧ ਦੋਸਤੋ ਇਹਦਾ ਚੋਇਆ ਹੈ ਦੂਜੇ ਸੂਏ ਦੇ ਵਿੱਚ ਤੀਜੇ ਸੂਏ ਵਾਸਤੇ ਇਹ ਇਸ ਟਾਈਮ ਗੱਭਣ 5 ਮਹੀਨਿਆਂ ਦੀ ਚੈੱਕ ਪਾਸ ਹੈਗੀ ਹੈ ਪਰ ਬਾਕੀ ਜੇ ਕੋਈ ਕਰਾਉਣੀ ਚਾਹੂ ਵੀਰ ਕਰਾ ਸਕਦਾ ਹੈ ਕੋਈ ਪ੍ਰੋਬਲਮ ਨਹੀਂ ਖਵਾਨਾ ਦੇਖ ਸਕਦੇ ਹੋ ਤੁਸੀਂ ਸ਼ਾਮ ਦੇ ਟਾਈਮ ਦੀ ਵੀਡੀਓ ਹੈ ਥਾਨ ਸੋਹਣਾ ਦੋਸਤੋ ਦੇਸੀ ਪਣ ਇਹਦੇ ਚ ਹੈਗਾ ਕ੍ਰੋਸ ਬਰੀਡ ਹੈ ਇਹ ਬਾਕੀ ਦੋਸਤੋ ਹਵਾਨਾ ਤੁਹਾਡੇ ਸਾਹਮਣੇ ਹੈ 27000 ਡਿਮਾਂਡ ਹੈ ਇੱਕ ਇਧਰ ਝੋਟੀ ਹੈ ਦੋਸਤੋ ਇਹ ਵੀ ਤੋਕੜ ਗੱਭਣ ਹੈ ਇਹਦੇ ਬਾਰੇ ਬਾਈ ਤੋਂ ਪੁੱਛਦੇ ਆ ਬਾਈ ਜੀ ਇਹ ਕਿੰਨੇ ਚਿਰ ਦੀ ਗੱਭਣ ਹੈ ਝੋਟੀ ਇਹ ਭਾਜੀ ਹੈਗੀ 14 ਮਹੀਨੇ ਦੀ ਗੱਭਣ ਹੈ ਠੀਕ ਹੈ ਆਪਣੇ ਜਿਹਨੇ ਪਹਿਲੇ ਸੂਏ 10 ਕਿਲੋ ਦੁੱਧ ਦਿੱਤਾ ਦੂਜੇ ਸੂਏ ਲਈ ਤਿਆਰ ਹੈ ਜੀ ਦੂਜੇ ਸੂਏ ਵਾਸਤੇ ਤਿਆਰ ਹੈ ਹਾਂਜੀ ਹੁਣ ਡਰਾਈ ਹੈ ਦੂਜੇ ਹੁਣ ਡਰਾਈ ਹੈ ਅੱਛਾ ਮੁੱਲੇ ਦਾ ਕੀ ਰੱਖਿਆ ਤੁਸੀਂ ਮੁੱਲੇ ਦਾ ਜੀ ਆਪਾਂ ਕਰਦੇ ਹਾਂ 46000 ਰੁਪਏ 46000 ਹਾਂਜੀ ਠੀਕ ਹੈ 14 ਦੀ ਗੱਭਣ ਹੈ ਚੈੱਕ ਪਾਸ 14 ਮਹੀਨੇ ਦੀ ਗੱਭਣ ਹੈ ਠੀਕ ਹੈ ਦੋਸਤੋ 14 ਮਹੀਨੇ ਦੀ ਗੱਭਣ ਚੈੱਕ ਪਾਸ ਦੂਜੇ ਸੂਏ ਸੂਗੀ ਦੰਦੋ ਰਲੀ ਵੀ ਹੈ ਜਿੰਨਾ ਕਿ ਮੈਨੂੰ ਪਤਾ ਹੈ ਖੋਲ ਨਹੀਂ ਬਈ ਦੁੱਧੋਂ ਡਰਾਈ ਹੈ 10 ਕਿਲੋ ਦੁੱਧ ਇਹਨੇ ਦਿੱਤਾ ਸੀ 46000 ਡਿਮਾਂਡ ਹੈ
चेक पास तुसी दोस्तों करवा सकते हो। मैं पहली भी गां वेरा भी ये गल थोनू कहती सी कुंडा सिंह है, बाकी जो ढांचा थोड़े सामने है इस टाइम ड्राई है दुधों 46,000 वीर ने यह रेट रखे, बाकी बह मोड़ ला बई दोस्तों। एक जरूर राय देनी चाहूंगा भी जेडे वीर कट्टियां झोटियां खरीदते हैं जे तुसी थोड़ी जी बाई नाल भी गलबात कर लेने ਭਾਜੀ ਜਿਹੜੇ ਕੱਟੀਆਂ ਵੱਛੀਆਂ ਖਰੀਦਦੇ ਆ ਨਾ ਜੀ, ਠੀਕ ਹੈ ਆਪਾਂ ਗੱਲ ਇਹ ਤੁਹਾਡੀਆਂ ਵੀਡੀਓ ਦੇ ਵਿੱਚ ਬਹੁਤ ਜਾਣੇ ਸੁਣਦੇ ਆ, ਕੱਟੀ ਵੱਛੀ ਕੋਈ ਐਵੇਂ ਕਹਿ ਦੇਣਾ ਅਗਲਾ ਕੋਈ 30-35 ਹਜ਼ਾਰ ਦੀ ਕੋਈ ਨੀ ਤੁਹਾਨੂੰ 20 ਕਿਲੋ ਵਾਲੀ ਦੇਊਗਾ। ਸਹੀ ਹੈ ਬਈ, ਅੱਜ ਮੇਰੇ ਕੋਲੇ ਆ ਕੱਟੀ ਆ 22 ਕਿਲੋ ਵਾਲੀ ਦੀ ਤਿਆਰ ਆ, ਐਮਨਤੀ ਦੀ ਕੱਟੀ ਆ, ਠੀਕ ਹੈ ਜੀ। ਮੈਨੂੰ ਆ ਕੇ ਕੋਈ 35 ਹਜ਼ਾਰ ਵੀ ਕਹਦੇ ਮੈਂ ਜਮਾ ਨਹੀਂ ਦਿੰਦਾ। ਅੱਜ ਮੈਂ ਪਿਛਲੀਆਂ ਵੀਡੀਓ ਮੈਂ 80,000 ਤੋਂ ਘੱਟ ਕੋਈ ਕੱਟੀ ਨਹੀਂ ਵੇਚੀ ਜੀ ਮੈਂ, ਠੀਕ ਹੈ। ਹਾਂਜੀ ਆ ਜਿਹਾ ਕੱਟਾ ਮੇਰੇ ਕੋਲੇ ਇਹਦੀ ਮਾਂ ਹੋ ਗਈ ਪੂਰੀ ਸਾਲ ਦਾ ਕੱਟਾ, ਠੀਕ ਹੈ। ਇਹਦੀ ਮਾਂ ਨੇ ਵੀ ਆਪਣੇ ਕੋਲ 20 ਕਿਲੋ ਦੁੱਧ ਹੀ ਦਿੱਤਾ ਸੀਗਾ, ਠੀਕ ਹੈ। ਯਾਨੀ ਮਾਂ ਜੀ ਪੂਰੀ ਹੋ ਗਈ। ਅੱਜ ਕੱਲ ਆਪਾਂ ਕਹਿ ਦਿੰਦੇ ਸਾਲ ਦਾ ਬੱਚਾ, ਐਡਾ ਸਾਲ ਦਾ ਬੱਚਾ ਦੁੱਧ ਚੋਣ ਨੂੰ ਬਹੁਤ ਮਿਹਨਤ ਲੱਗ ਜਾਂਦੀ ਤਿਆਰ ਕਰਨ। ਬਿਲਕੁਲ ਜੀ, ਅੱਜ ਅਗਲਾ ਕਹਿ ਦਿੰਦਾ ਜੀ 30-35 ਹਜ਼ਾਰ ਦੀ ਕੱਟੀ ਮਿਲਦੀ, ਕੋਈ 30-35 ਹਜ਼ਾਰ ਦੀ 20 ਕਿਲੋ ਵਾਲੀ ਕੱਟੀ ਨਹੀਂ ਦੁੱਧ ਦੇਊਗਾ, ਨਹੀਂ ਦਿੰਦਾ। 14 ਕਿਲੋ ਵਾਲੀ ਦੀ ਹਰ ਇੱਕ ਬੰਦਾ ਕਹਿ ਦੂਗਾ 20 ਕਿਲੋ, ਜਦੋਂ ਕਿਸੇ ਦੇ ਕਹਾਂਗੇ ਘਰੇ ਅਗਲਾ ਕਹਿ ਦੂਗਾ ਮੇਰੀ ਜੀ ਮੈਂ ਵੇਖੀ। ਹਾਂ ਇਹ ਹੈ, ਇਹ ਮੈਂ ਵੇਖੀ। ਆਪਾਂ ਕਹਿੰਦੇ ਆ ਅੱਜ ਵੀ ਆਪਾਂ ਕਹਿੰਦੇ ਸਾਡੀ ਮਹਿਰ ਜਦੋਂ ਮਰਜ਼ੀ ਬੱਚਾ ਡੀਨੇ ਟੈਸਟ ਕਰਾ ਕੇ ਅਗਲਾ ਕਹਿ ਦੇਵੇ ਦੁੱਧ ਦੀ ਕਪੈਸਿਟੀ ਕੱਢ ਕੇ ਫੇਰ ਕਵੇ ਬਈ ਨਹੀਂ ਮੈਂ ਉਹਦੀ ਤਾਂ ਫੇਰ ਆਪਾਂ ਦੇਦਾਰ ਹਾਂ, ਠੀਕ ਹੈ। ਸੋ ਦੋਸਤੋ ਇਹ ਗੱਲ ਬਾਈ ਨੇ ਕੀਮਤੀ ਦੱਸੀ ਹੈ ਤੇ ਮੈਂ ਵੀ ਕੋਸ਼ਿਸ਼ ਕੀਤੀ ਹੈ ਕਹਿਣ ਦੀ ਵੀ 14-15 ਕਿਲੋ ਦੁੱਧ ਵਾਲੀ ਮੱਝ ਦੀ ਨੀਲੀ ਰਾਵੀ ਦੀ ਕੱਟੀ ਤੇ ਮੁਰਾ ਦੀ ਜੇ ਕੋਈ 20 ਕਿਲੋ ਵਾਲੀ ਦੀ ਕੱਟੀ ਆ ਦੋਸਤੋ ਛੇਤੀ ਮਿਲਦੀ ਨਹੀਂਗੀ, ਕਹਿਣ ਦੀਆਂ ਗੱਲਾਂ ਹੁੰਦੀਆਂ। ਕੱਟੀ ਦੇਖ ਸਕਦੇ ਦੁੱਧ ਵਾਲੇ ਪਸ਼ੂ ਦਾ ਬੱਚਾ ਰਲਦਾ ਨਹੀਂ ਹੁੰਦਾ, ਉਹਨੂੰ ਜਦੋਂ ਦੇਖਾਂਗੇ ਦੂਜਿਆਂ ਤੋਂ ਹਟ ਕੇ ਹੀ ਹੋਊਗਾ। ਇਹਦੇ ਵੀ ਤੁਹਾਨੂੰ ਥਣ ਜਿਹੜੇ ਆ ਦਿਖਾ ਦਿੰਦਾ, ਬਹੁਤ ਸੋਹਣੇ ਥਣ ਆ ਦੋਸਤੋ ਇਹਦੇ। ਬਾਕੀ ਇਹ ਜਿਹੜੀ ਝੋਟੀ ਬਾਰੇ ਮੈਂ ਗੱਲ ਕਰਦਾ ਜੀ ਦੋਸਤੋ 46,000 ਡਿਮਾਂਡ ਹੈ, ਪਲੱਸ ਇਹ 4 ਮਹੀਨੇ ਦੀ ਗੱਭਣ ਹੈ, ਇਹ ਵੀਰ ਨੇ ਖਰੀਦੀ ਵੀ ਹੈ। ਸੋ ਜੇ ਕੋਈ ਵੀਰ ਪਸੰਦ ਕਰਦਾ ਕਾਲ ਤੁਸੀਂ ਕਰ ਸਕਦੇ ਹੋ, ਨੰਬਰ ਸਕਰੀਨ ਤੇ ਹੈ। ਫਿਰ ਵੀਡੀਓ ਬਣਾਵਾਂਗੇ ਦੋਸਤੋ, ਗੱਲਾਂ ਬਾਤਾਂ ਬਾਈ ਨਾਲ ਕਰਾਂਗੇ ਜਿੰਨਾ ਕਿ ਇਹਨਾਂ ਦਾ ਤਜਰਬਾ ਉਹਦੇ ਹਿਸਾਬ ਤੇ ਕੁਛ ਕੰਮ ਦੀਆਂ ਗੱਲਾਂ, ਉਮੀਦ ਆ ਤੁਹਾਨੂੰ ਉਹਨਾਂ ਚੋਂ ਕੁਛ ਸਿੱਖਣ ਨੂੰ ਮਿਲੂਗਾ। ਅੱਜ ਦੀ ਵੀਡੀਓ 'ਚ ਫਿਲਹਾਲ ਇਹ 2 ਪਸ਼ੂ ਦਿਖਾਉਣੇ ਸੀ, ਦੋਨੇ ਦਿਖਾਤੇ ਆ, ਪਸੰਦ ਤੁਸੀਂ ਕਰਨੇ ਆ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।